ਕਲਾ ਇਹ ਦੋਨੇ ਟੀਮਾਂ ਕੱਪੜੇ ਲਾ ਕੇ ਗਰਾਊਂਡ 'ਚ ਆ ਜਾਣ, ਮਾਨਖੇੜਾ ਅਤੇ ਸਮਾਓ, ਸੁੱਚਾ ਸੂਰਮਾ ਕਲੱਬ, ਹਰਿਆਊ ਅਤੇ ਗੁਰਥਲੀ, ਇਹ ਟੀਮਾਂ 75 ਕਿਲੋ ਵੇਟ ਦੀਆਂ ਬਿਲਕੁਲ ਤਿਆਰ ਵਾਰ ਤਿਆਰ ਹੋ ਕੇ ਗਰਾਊਂਡ ਦੇ ਅੰਦਰ ਪ੍ਰਵੇਸ਼ ਕਰ ਜਾਣ ਤਾਂ ਕਿ ਜਲਦ ਤੋਂ ਜਲਦ ਮੈਚ ਸ਼ੁਰੂ ਕਰਵਾ ਸਕੀਏ। ਲਓ ਦਰਸ਼ਕ ਵੀਰੋ, ਓਪਨ ਦੀਆਂ ਜਿੰਨੀਆਂ ਟੀਮਾਂ ਇੱਥੇ ਪਹੁੰਚ ਚੁੱਕੀਆਂ ਉਹਨਾਂ ਨੂੰ ਸਾਡੀ ਬੇਨਤੀ ਕਿ ਮੰਚ 'ਤੇ ਜਾ ਕੇ ਆਪਣਾ ਨਾਂ ਦਰਜ ਕਰਵਾ ਦੇਣ ਤਾਂ ਕਿ ਓਪਨ ਦੇ ਮੁਕਾਬਲੇ ਵੀ ਇੱਕ ਦੋ ਮੈਚਾਂ ਤੋਂ ਬਾਅਦ ਆਪਾਂ ਸ਼ੁਰੂ ਕਰਵਾਉਣੇ ਨੇ। ਲਾਈਟਾਂ ਦਾ ਅਰੇਂਜਮੈਂਟ ਹੋ ਚੁੱਕਿਆ ਔਰ ਮੈਚ ਵੱਲ ਇੱਕ ਵਾਰ ਫਿਰ ਪਰਤੀਏ। ਸਾਡੇ ਛੋਟੇ ਵੀਰ ਸਰਬਜੀਤ ਸਿੰਘ ਦਾਤੇਵਾਸ ਕਾਫੀ ਲੰਬੇ ਸਮੇਂ ਤੋਂ ਜੁੜੇ ਹੋਏ ਨੇ, ਉਹ ਵੀ ਗਰਾਊਂਡ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਨੇ। ਉਹਨਾਂ ਨੂੰ ਫਿਰ ਬੇਨਤੀ ਕਰਦਾ, ਉਹ ਅਖੀ ਡਿਟੇਲ ਤੁਹਾਡੇ ਸਾਹਮਣੇ ਪੇਸ਼ ਕਰਨਗੇ। ਦੂਜੇ ਪਾਸੇ ਲਾਈਵ ਟੈਲੀਕਾਸਟ ਕਬੱਡੀ 365 ਉਹ ਵੀ ਤੁਹਾਡੀ ਸੇਵਾਵਾਂ ਦੇ ਵਿੱਚ ਹਾਜ਼ਰ ਹੈ। ਸਰਬਜੀਤ ਸਿੰਘ ਜੀ ਦਾਤੇਵਾਸ, ਬਹੁਤ ਬਹੁਤ ਧੰਨਵਾਦ ਜੀ। ਇਸ ਇਲਾਕੇ ਨੇ ਮੈਨੂੰ ਬਹੁਤ ਵੱਡੇ ਮਾਣ ਬਖਸ਼ੇ ਨੇ, ਇਸ ਇਲਾਕੇ ਦੀਆਂ ਸਾਰੀਆਂ ਸੰਗਤਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਲਓ ਜੀ, ਮੈਚ ਦੀ ਸ਼ੁਰੂਆਤ ਜਿਹੜੀ ਉਹ ਗਰਾਊਂਡ ਦੇ ਵਿੱਚ ਹੋ ਚੁੱਕੀ ਹੈ। ਜ਼ਿਲ੍ਹਾ ਮਾਨਸਾ ਦਾ ਕਹਿੰਦੇ ਵੀ ਭੀਖੀ ਦੇ ਲਾਗੇ ਜੇ ਕਰਕੇ ਪੈਂਦਾ ਪਿੰਡ ਕਿਸ਼ਨਗੜ੍ਹ ਫਰਮਾਹੀ, ਮੇਰੇ ਤੋਂ ਸੱਜੇ ਵਾਲੇ ਪਾਸੇ ਚੜ੍ਹਦੇ ਵਾਲੇ ਪਾਸੇ, ਅਤੇ ਦੂਸਰੇ ਪਾਸੇ ਜ਼ਿਲ੍ਹਾ ਸੰਗਰੂਰ ਦਾ ਕਹਿੰਦੇ ਵੀ ਲੇਲ ਖੁਰਦ ਪਿੰਡ ਖੇਡ ਰਿਹਾ। ਇਹ ਆ ਕਰਮਾ ਕਿਸ਼ਨਗੜ੍ਹ ਫਰਮਾਹੀ ਦੀ ਟੀਮ ਦਾ ਖਿਡਾਰੀ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਵਾਸਤੇ ਆਪਾਂ ਦੇਖਦਾ ਵੀ ਜਾਂਦਾ ਹੋਇਆ ਕਿ 40,000 ਨਵਾਜ਼ ਫਕਰ ਦੀ ਤੂੰ 5 ਹਕੀਦੀਆਂ ਪੜ੍ਹ ਦਾਵੇ, ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਜਿਹੜਾ ਮੌਲਾ ਮੌਲਾ ਕਰਦਾ ਵੀ ਮਾਲਕ ਨੂੰ ਯਾਦ ਕਰਦਾ ਹੋਇਆ। ਲਓ ਬਲਕਾਰ ਸਿੰਘ ਨੇ ਮੁਕਾਬਲਾ ਕੀਤਾ, ਇਹ ਆ ਬਲਕਾਰ ਸਿੰਘ, ਬਹੁਤ ਟੌਪ ਦਾ ਜਾਫੀ, ਧਨਪੁਰਾ ਪਿੰਡ ਹੈ, ਸਲੌਜਵਲ ਖਿਡਾਰੀ ਦਾ, ਬਰੇਟਾ ਦੇ ਲਾਗੇ ਜੇ ਕਰਕੇ ਪਿੰਡ ਪੈਂਦਾ। ਲਓ ਜੀ, ਪੁਆਇੰਟ ਜਾਫੀ ਦਾ, ਅਗਲੀ ਰੇਡ ਫਿਰ ਪਾਉਣ ਦੇ ਵਾਸਤੇ ਜੱਗਾ ਲੇਲਾ ਵਾਲਾ, ਇਹ ਲੰਮੀ ਪਾਰੀ ਦਾ ਖਿਡਾਰੀ, ਲੰਮੇ ਸਮੇਂ ਤੋਂ ਜੁੜਿਆ ਹੋਇਆ ਖੇਡ ਕਬੱਡੀ ਨਾਲ, ਜਾਂ ਕਨੌਰ ਦੇ ਗੁਲਾਲ ਵਰਗੇ, ਕਾਰੀ ਸਾਰੀ ਦੇ ਕਾਕੇ ਵਰਗੇ, ਬਿਹਾਰੀਪੁਰ ਦੇ ਕੁਲਵਿੰਦਰ ਸਿੰਘ ਕਿੰਦੇ ਵਰਗੇ, ਜਿਨ੍ਹਾਂ ਨੇ ਹਾਲੇ ਤੱਕ ਖੇਡ ਕਬੱਡੀ ਨੂੰ ਆਪਣੇ ਆਪ ਨੂੰ ਜਿਹੜਾ ਸਥਿਰ ਰੱਖਿਆ ਹੋਇਆ ਸਾਡੀ ਖੇਡ ਕਬੱਡੀ ਦੇ ਵਾਸਤੇ। ਇਹ ਆ ਲੰਮੀ ਪਾਰੀ ਦਾ ਘੋੜਾ, ਪੁਆਇੰਟ ਲੈ ਕੇ ਜਾਂਦਾ ਹੋਇਆ ਜੱਗਾ। ਅਗਲੀ ਰੇਡ ਮੈਦਾਨ ਦੇ ਵਿੱਚ ਮੇਜਰ ਸਿੰਘ ਪਾਉਣ ਦੇ ਵਾਸਤੇ ਇਸ ਸਮੇਂ ਜਾਂਦਾ ਹੋਇਆ ਕਿਸ਼ਨਗੜ੍ਹ ਫਰਮਾਹੀ ਪਿੰਡ, ਜਿੱਥੋਂ ਦੇ ਮੇਸ਼ੀ ਵਰਗੇ, ਜਿੱਥੋਂ ਦੇ ਕਾਮਲੀ ਵਰਗੇ। ਲਓ ਬਲਕਾਰ ਸਿੰਘ ਧਨਪੁਰੀਆ ਕੋਸ਼ਿਸ਼ ਕਰਦਾ ਹੋਇਆ, ਪਰ ਇਹ ਪੁਆਇੰਟ ਆ ਜਿਹੜਾ ਆਪਾਂ ਦੇਖ ਲਿਆ ਵੀ ਮੇਜਰ ਸਿੰਘ ਦੇ ਹਿੱਸੇ ਜੁੜਦਾ ਹੋਇਆ। ਹਰਦੀਪ ਸਿੰਘ ਜੀ, ਮੈਨੂੰ ਲਿਸਟ ਦੇ ਦਿਓ ਟੀਮਾਂ ਦੀ, ਬੇਨਤੀ ਹੈ। ਅਗਲੀ ਰੇਡ ਮੈਦਾਨ ਦੇ ਵਿੱਚ ਆਪਾਂ ਦੇਖਦੇ ਵੀ ਇਸ ਨੌਜਵਾਨ ਦਾ ਵੀ ਕਹਿੰਦੇ ਵੀ ਧਨਪੁਰਾ ਪਿੰਡ ਹੈ, ਬਰੇਟਾ ਦੇ ਲਾਗੇ ਜੇ ਕਰਕੇ ਪਿੰਡ ਪੈਂਦਾ ਹੈ, ਕੁਲਦੀਪ ਸਿੰਘ ਧਨਪੁਰਾ ਦੀ ਟੀਮ ਦਾ ਖਿਡਾਰੀ। ਮੈਦਾਨ ਦੇ ਵਿੱਚ ਆਪਾਂ ਦੇਖਦੇ ਵੀ ਇਸਵੇਂ ਜਾਂਦਾ ਹੋਇਆ ਰੇਡ ਪਾਉਣ ਦੇ ਵਾਸਤੇ ਖਿਡਾਰੀ, ਚਾਰ ਬੁਰਜਾਂ ਵਰਗੇ ਜਾਫੀ। ਮੈਦਾਨ ਦੇ ਵਿੱਚ ਮੋਟੂ ਨੇ ਬਹੁਤ ਵਧੀਆ ਕੋਸ਼ਿਸ਼ ਕੀਤੀ, ਤੇ ਪੁਆਇੰਟ ਜਿਹੜਾ ਆਪਾਂ ਦੇਖਦੇ ਵੀ ਹਾਂਜੀ ਗੁਰਥਲੀ ਦੀ ਟੀਮ ਨੇ ਵਜਨ ਨਹੀਂ ਕਰਵਾਇਆ ਜੀ, ਕਿ ਟੱਚ ਲਗਾ ਕੇ ਕਾਕਾ ਕਾਰੀ ਹੰਦਿਆਂ ਦੇ ਵਿੱਚ ਖੜਦਾ, ਚੜ ਪਾਲੇ ਨੂੰ ਗੁਰਜੀਤ ਤੂਤ ਦਾ ਉੱਤੇ ਨੂੰ ਕਰਦਾ, ਗੁਰਲਾਲ ਕਨੌਰ ਜੇ ਫਿੱਟ ਹੋਵੇ ਤਾਂ ਪੂਰੇ ਟਸਨ ਦਿਖਾਉਂਦਾ, ਅਹਮ ਰਹਿਮ ਵਾਲੀਆਂ ਦੁਨੀਆਂ ਉੱਤੇ ਸੋਨੂੰ ਜੰਪ ਕਹਾਉਂਦਾ, ਕਹਿੰਦੇ ਜੱਸੇ ਲਾਡੀ ਵਰਗੇ ਦੁਨੀਆਂ ਦੇ ਸੁਪਰ ਸਟਾਰ ਕਹਾਉਂਦੇ ਨੇ, ਕਈ ਰੇਡਾਂ ਪਾਉਂਦੇ ਕਈ ਜੱਫੇ ਲਾਉਂਦੇ ਨੇ, ਕਈ ਰੇਡਾਂ ਪਾਉਂਦੇ ਕਈ ਜੱਫੇ ਲਾਉਂਦੇ ਨੇ। ਲਓ ਕਰਮੇ ਦੀ ਪੈਂਦੀ ਹੋਈ ਰੇਡ, ਇਹ ਆ ਕਰਮਾ ਕਹਿੰਦੇ ਵੀ ਕਿਸ਼ਨਗੜ੍ਹ ਫਰਮਾਹੀ ਪਿੰਡ ਦਾ ਇੱਕ ਚੱਕਰ ਦਾ ਮਹਾਨ ਖਿਡਾਰੀ ਹੋਇਆ, ਪਹਿਲੇ ਸਮੇਂ ਦਾ ਖਿਡਾਰੀ, ਪਰ ਇਹ ਕਿਸ਼ਨਗੜ੍ਹ ਫਰਮਾਹੀ ਪਿੰਡ ਹੈ। ਲਓ ਅਗਲੀ ਰੇਡ, ਕਿ ਜੱਗਾ ਜੰਮਿਆ ਤੇ ਮਿਲਣ ਵਧਾਈਆਂ, ਵੱਡਾ ਹੋਵੇ ਖੇਡੇ ਕੌਡੀਆਂ, ਇਹ ਆ ਜੱਗਾ ਲੇਲਾ ਵਾਲਾ, ਇਸ਼ਾਰਾ ਕਰਦਾ ਹੋਇਆ ਰੈਫਰੀ ਨੂੰ, ਕਹਿਣਾ ਵੀ ਇਹਨਾਂ ਨੂੰ ਕਹੋ ਵੀ ਸਾਹਮਣੇ ਆਓ ਜੇ ਮਾਂ ਦਾ ਦੁੱਧ ਪੀਤਾ। ਇਸ ਸਮੇਂ ਚਾਰੋਂ ਜਾਫੀ ਕਿਸ਼ਨਗੜ੍ਹ ਫਰਮਾਹੀ ਦੇ, ਮੋਟੂ ਵਰਗੇ ਤਿਆਰ। ਲਓ ਜੱਗੇ ਦੀ ਪੈਂਦੀ ਹੋਈ ਰੇਡ ਦੇ ਉੱਪਰ ਕੌਣ ਲਾਊ ਜੱਫਾ, ਇਹ ਆ ਕਹਿੰਦੇ ਵੀ ਮੋਟੂ ਕਿਸ਼ਨਗੜ੍ਹ ਫਰਮਾਹੀ ਦਾ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ, ਤਰਦਾ ਹੋਇਆ ਤੌਲ ਤੇ ਹੱਥ, ਪਰ ਜੱਗਾ ਬਹੁਤ ਸੀਨੀਅਰ ਖਿਡਾਰੀ, ਬੜਾ ਤਜਰਬੇਕਾਰ ਰੇਡਰ, ਇਸ ਸਮੇਂ ਪੁਆਇੰਟ ਲੈ ਕੇ ਫਿਰ ਵਾਪਸ ਜਾਂਦਾ ਹੋਇਆ। ਅਗਲਾ ਮੈਚ ਮਾਨਖੇੜਾ ਵਰਸਜ ਸੁੱਚਾ ਸਿੰਘ ਸਮਾਓ ਕਲੱਬ ਦੀਆਂ ਟੀਮਾਂ ਦੇ ਦਰਮਿਆਨ ਹੋਵੇਗਾ। ਸਮਾਓ ਸੁੱਚਾ ਸਿੰਘ ਕਲੱਬ ਵਰਸਜ ਮਾਨਖੇੜਾ, ਇਹ ਦੋਨੋਂ ਟੀਮਾਂ ਦੇ ਖਿਡਾਰੀ ਨੇ ਜਿਹੜੇ ਬਿਨਾਂ ਕਿਸੇ ਦੇਰੀ ਤੋਂ ਵਾਰਮ ਅਪ ਰਹਿਣ ਦੋਨੋਂ ਟੀਮਾਂ। ਲਓ ਇਧਰਲੇ ਪਾਸੇ ਧਰਦਾ ਹੋਇਆ ਤੌਣ ਤੇ ਹੱਥ, ਮੇਜਰ ਸਿੰਘ ਪੁਆਇੰਟ ਲੈ ਕੇ ਫਿਰ ਵਾਪਸ ਜਾਂਦਾ ਹੋਇਆ। ਇੱਕ ਪਹਿਲਾ ਮੇਜਰ ਸਿੰਘ ਮਿਰਗ ਖੀਵੇ ਵਾਲਾ ਖੇਡਿਆ ਇਹਨਾਂ ਖੇਡ ਗਰਾਊਂਡਾਂ ਦੇ ਵਿੱਚ, ਜਿਸ ਖਿਡਾਰੀ ਦੀ 75 ਕਿਲੋ ਭਾਰ ਦੇ ਵਿੱਚ ਬਹੁਤ ਵੱਡੀ ਦਹਿਸ਼ਤ ਹੈ। ਪਰ ਆ ਵਰਤਮਾਨ ਸਮੇਂ ਦੇ ਨਾਲ ਆਪਾਂ ਫਿਰ ਜੁੜੀਏ, ਕੁਲਦੀਪ ਸਿੰਘ ਧਨਪੁਰੇ ਵਾਲਾ ਫਿਰ ਰੇਡ ਪਾਉਣ ਦੇ ਵਾਸਤੇ ਇਸ ਸਮੇਂ ਅੱਗੇ ਵੱਲ ਵਧਦਾ ਹੋਇਆ, ਚੌੜੀ ਛਾਤੀ ਵਾਲਾ ਖਿਡਾਰੀ, ਇੱਕ ਕਲੀਆਂ ਦਾ ਬਾਦਸ਼ਾਹ ਕੁਲਦੀਪ ਸਿੰਘ ਮਾਨਕ ਹੋਇਆ ਜਲਾਲ ਦਾ, ਜਿਹੜਾ ਆਖਦਾ ਹੁੰਦਾ ਸੀ ਤੇਰੇ ਤਿੱਲੇ ਤੋਂ ਸੂਰਤ ਦੀ ਹੀਰ ਦੀ, ਆਲਾ ਵੇਖ ਗੋਰਖਾ ਉੜਦੀ ਏ ਫੁਲਕਾਰੀ, ਦੁਨੀਆਂ ਦੇ ਵਿੱਚ ਨਹੀਂ ਰਿਹਾ। ਅਤੇ ਪੰਜਾਬੀ ਸੱਭਿਆਚਾਰ ਦੇ ਵਿੱਚ ਕੁਲਦੀਪ ਸਿੰਘ ਮਾਨਕ ਦੇ ਜਿਹੜੇ ਬੋਲ ਨੇ ਉਹ ਸਦਾ ਗੂੰਜਦੇ ਰਹਿਣਗੇ। ਪਰ ਇਧਰਲੇ ਪਾਸੇ ਕਰਮੇ ਦੀ ਪੈਂਦੀ ਹੋਈ ਰੇਡ, ਲਓ ਚਾਰੋ ਜਾਫੀ ਆਪਾਂ ਦੇਖਦੇ ਵੀ ਇਧਰਲੇ ਪਾਸੇ ਲੇਲਾ ਦੇ ਤਿਆਰ ਬਰ ਤਿਆਰ, ਲਹਿਰਾ ਗਾਗਾ ਤਹਿਸੀਲ ਹੈ,
ਇਹਨਾਂ ਨੌਜਵਾਨ ਨੇ ਜ਼ਿਲ੍ਹਾ ਸੰਗਰੂਰ ਦੇ ਖਿਡਾਰੀ ਇੱਕ ਪਾਸੇ ਜ਼ਿਲ੍ਹਾ ਮਾਨਸਾ ਖੇਡ ਰਿਹਾ ਪਰ ਇਧਰਲੇ ਪਾਸੇ ਕਰਮਾ ਬੜਾ ਟੌਪ ਦਾ ਰੇਡਰ ਇਸ ਸਮੇਂ ਲਾ ਲਾ ਕੇ ਸੁਰਦਾ ਹੋਇਆ ਹੰਧਾ ਵੱਲ ਵੱਧਦਾ ਹੋਇਆ ਤੇ ਪੈਰ ਲੈ ਕੇ ਵਾਪਸ ਜਾਂਦਾ ਹੋਇਆ ਅਗਲੀ ਰੇਡ ਫਿਰ ਪਾਉਣ ਦੇ ਵਾਸਤੇ ਜੱਗਾ ਲੇਲਾ ਵਾਲਾ ਇਸ ਸਮੇਂ ਫਿਰ ਅੱਗੇ ਵੱਲ ਵੱਧਦਾ ਹੋਇਆ ਗੱਜ ਚੌੜੀ ਛਾਤੀ ਵਾਲਾ ਖਿਡਾਰੀ ਸੱਜੇ ਪੱਟ ਨੂੰ ਮਾਰ ਥਾਪੀ ਕੇ ਸੀ ਬਲਵਿੰਦਰ ਫੇਡਾ ਘੋੜਾ ਲੰਮੀ ਪਾਰੀ ਦਾ ਖੇਡੇ ਨਾਲ ਠੰਮੇ ਕਾਕਾ ਕਾਰੀ ਸਾਰੀ ਦਾ ਲੱਖਾਂ ਦੀ ਗੱਲ ਕਰਦਾ ਲੱਖਾਂ ਗਾਜ਼ੀਪੁਰ ਦਾ ਜੀ ਖਾਲੀ ਹੱਥ ਨਹੀਂ ਵੇਖਿਆ ਮੈਂ ਤੇ ਕਦੇ ਗੁਰਲਾਲ ਨੂੰ ਮੁੜਦਾ ਜੀ ਬਾਜੇ ਖਾਨੇ ਜੰਮਿਆ ਸੀ ਹਰਜੀਤ ਬਰਾੜਾਂ ਦੇ ਖੇਡਣ ਜੋਰਾਂ ਨਾਲ ਕਬੱਡੀ ਪੁੱਤ ਸਰਦਾਰਾਂ ਦੇ ਲਓ ਸ਼ੇਰਾਂ ਦੀਆਂ ਸ਼ੇਰਾਂ ਦੇ ਨਾਲ ਟੱਕਰਾਂ ਨੇ ਔਰ ਹਾਥੀਆਂ ਦੀਆਂ ਹਾਥੀਆਂ ਦੇ ਨਾਲ ਤਿਹਾੜਾ ਇਸ ਸਮੇਂ ਗਰਾਊਂਡ ਦੇ ਵਿੱਚ ਮੇਜਰ ਸਿੰਘ ਫਿਰ ਰੇਡ ਪਾਉਣ ਦੇ ਵਾਸਤੇ ਆਪਾਂ ਦੇਖਦੇ ਵੀ ਅੱਗੇ ਵੱਲ ਵੱਧਦਾ ਹੋਇਆ ਤੇ ਦੂਸਰੇ ਪਾਸੇ ਲੱਗੀ ਹੋਈ ਕੈਂਚੀ ਹੈ ਹੰਦੇ ਦੂਰ ਨੇ ਸਮਾਂ ਬੀਤਣਾ ਹੋਇਆ 30 ਸਕਿੰਟ ਦਾ ਸਮਾਂ ਚੱਲ ਰਿਹਾ ਹੈ ਇਸ ਰੇਡ ਦੇ ਉੱਪਰ ਤੇ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਕਿ ਪੁੱਤਰ ਬਗਾਨਾ ਲੈ ਜਾਂਦਾ ਹੈ ਖਿੱਚ ਕੇ ਪਾਲੇ ਤੇ ਤੂੰ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾਵੇ ਨਾ ਲੱਗੀ ਹੋਈ ਕੈਂਚੀ ਤੇ ਪੈਰ ਜਾਫੀ ਦਾ ਇਸ ਤੋਂ ਬਾਅਦ ਮਾਨ ਖੇੜਾ ਤੇ ਸੁੱਚਾ ਸਿੰਘ ਸਮਾਓ ਕਲੱਬ ਇਹ ਟੀਮਾਂ ਜਿਹੜੀਆਂ ਵਾਰਮ ਅਪ ਰਹਿਣਗੀਆਂ ਇੱਧਰ ਮੇਰੇ ਤੋਂ ਖੱਬੇ ਵਾਲੇ ਪਾਸੇ ਕਿਸੇ ਦੇ ਦੋ ਮੋਟਰਸਾਈਕਲ ਖੜੇ ਨੇ ਵੀਰ ਬਣ ਕੇ ਗਰਾਊਂਡ ਦੇ ਵਿੱਚ ਲੈ ਕੇ ਆਓ ਬਲੌਰ ਸਿੰਘ ਬੱਗੂ ਵਾਲੇ ਨੇ ਮੋਟਰਸਾਈਕਲ ਖਿੱਚਣੇ ਨੇ ਕਿਰਪਾ ਕਰਕੇ ਜੀ ਜਿਸ ਕਿਸੇ ਦੇ ਦਰਸ਼ਕ ਵੀਰ ਦੇ ਮੋਟਰਸਾਈਕਲ ਨੇ ਕਿਰਪਾ ਕਰਕੇ ਉਹ ਗਰਾਊਂਡ ਦੇ ਵਿੱਚ ਲੈ ਆਓ ਇਹ ਬੇਨਤੀ ਹੈ ਕਿ ਮੰਗਣ ਨਾਲੋਂ ਮਿਹਨਤ ਚੰਗੀ ਮਿਹਨਤ ਵਿੱਚ ਤੰਦਰੁਸਤੀ ਮੰਗਣ ਨਾਲੋਂ ਮਰਿਆ ਚੰਗਾ ਨਾ ਆਲਸ ਨਾ ਸੁਸਤੀ ਇਸ ਤਨ ਨੇ ਮੁੱਕ ਜਾਣਾ ਭਾਵੇਂ ਰੋਜ਼ ਬਾਲਸ਼ਾ ਕਰੀਏ ਰੋਟੀ ਹੱਕ ਦੀ ਖਾਈਏ ਜੀ ਭਾਵੇਂ ਬੂਟ ਪਾਲਸ਼ਾ ਕਰੀਏ ਹੱਕ ਦੀ ਰੋਟੀ ਖਾਣ ਵਾਲੇ ਸਾਡੇ ਵੀਰ ਪਿੱਥੋਂ ਦੇ ਸ਼ੀਰੇ ਵਰਗੇ ਇਸ ਖੇਡ ਗਰਾਊਂਡ ਦੇ ਵਿੱਚ ਆਪਣੇ ਵਿਅਕਤੀਗਤ ਕਰਤੱਵ ਕਰਨ ਦੇ ਵਾਸਤੇ ਬਹੁਤ ਸਾਰੇ ਵੀਰ ਪੁੱਜੇ ਨੇ ਬਹੁਤ ਬਹੁਤ ਧੰਨਵਾਦ ਹੈ ਚੱਲਦੇ ਹੋਏ ਮੈਚ ਦੇ ਵਿੱਚ ਕੋਈ ਵੀ ਟੀਮ ਜਿਹੜੀ ਉਹ ਇੰਟਰ ਨਾ ਹੋਵੇ ਪਲੀਜ਼ ਮਾਨ ਖੇੜਾ ਵਾਰਸ ਸੁੱਚਾ ਸਿੰਘ ਸਮਾਉਣ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣਗੀਆਂ ਲਓ ਇਧਰਲੇ ਪਾਸੇ ਜੱਗੇ ਦੀ ਪੈਂਦੀ ਹੋਈ ਰੇਡ ਤੇ ਉਧਰਲੇ ਪਾਸੇ ਮੋਟੂ ਦਾ ਬਹੁਤ ਤਕੜਾ ਜਫਾ ਇਸ ਸਮੇਂ ਲੱਗਿਆ ਹੋਇਆ ਤੇ ਪੁਆਇੰਟ ਜਾਫੀ ਦਾ ਹੈਲੋ ਹਾਂਜੀ ਜਖੇਪੜ ਦੀ ਟੀਮ ਵੀ ਗਰਾਊਂਡ ਦੇ ਵਿੱਚ ਪੁੱਜੀ ਹੋਈ ਹੈ ਨਿਆਉਲੀ ਕਲਾਂ ਨੂੰ ਬੇਨਤੀ ਆ ਵੀ ਜੇ ਹੈਗੇ ਨੇ ਖਿਡਾਰੀ ਤੇ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਪੁੱਜਣ ਨਿਆਉਲੀ ਲਓ ਅਗਲੀ ਰੇਡ ਕੁਲਦੀਪ ਸਿੰਘ ਕਹਿੰਦੇ ਵੀ ਧਨਪੁਰਾ ਪਿੰਡ ਹੈ ਇਸ ਨੌਜਵਾਨ ਖਿਡਾਰੀ ਦਾ ਬਰੇਟਾਂ ਦੇ ਲਾਗੇ ਜੇ ਕਰਕੇ ਪੈਂਦਾ ਹੈ ਲਓ ਮੈਦਾਨ ਦੇ ਵਿੱਚ ਆਪਾਂ ਦੇਖਦੇ ਵੀ ਇਸ ਸਮੇਂ ਜਾਂਦਾ ਹੋਇਆ ਰੇਡ ਪਾਉਣ ਦੇ ਵਾਸਤੇ ਲੇਲਾ ਖੁਰਦ ਦਾ ਪੁੱਤ ਬਣ ਖੇਡ ਰਿਹਾ ਤੇ ਦੂਸਰੇ ਪਾਸੇ ਮੇਜਰ ਸਿੰਘ ਕਹਿੰਦਾ ਵੀ ਮੈਨੂੰ ਛੱਡੋ ਮੈਂ ਦੋਸਤ ਕਰਦਾ ਪੱਟੀ ਹੋਈ ਖੁੱਚ ਪਰੀ ਹੋਈ ਬਾਗਲ ਜਫਾ ਲਾਉਣ ਦੀ ਸਮੇਂ ਆਪਾਂ ਦੇਖਦੇ ਵੀ ਪੂਰੀ ਕੋਸ਼ਿਸ਼ ਹੈ ਤਰਿਆ ਹੋਇਆ ਤੌਣ ਤੇ ਹੱਥ ਤੇ ਪੁਆਇੰਟ ਦੇਖਦਾ ਵੀ ਇਧਰਲੇ ਪਾਸੇ ਰੇਡਰ ਦੇ ਹਿੱਸੇ ਜੁੜਦਾ ਹੋਇਆ ਇੱਕ ਹੋਰ ਸ਼ਾਨਦਾਰ ਤੇ ਜਾਨਦਾਰ ਨੰਬਰ 365.com ਦੁਨੀਆ ਭਰ ਦੇ ਵਿੱਚ ਲਾਈਵ ਕਰ ਰਹੀ ਹੈ ਔਰ ਸਾਡੇ ਵੀਰ ਇਸ ਏਰੀਏ ਦਾ ਬਹੁਤ ਵਧੀਆ ਸਾਡਾ ਸਤਿਕਾਰਯੋਗ ਵੀਰ ਜਗਦੀਪ ਸਿੰਘ ਜੀ ਸਰਾ ਜੋ ਅੱਜ ਦੇ ਟੂਰਨਾਮੈਂਟਾਂ ਨੂੰ ਕਬੱਡੀ ਜਿੰਦ ਜਾਨ ਪੇਜ ਦੇ ਉੱਪਰ ਲਾਈਵ ਕਰਨ ਦੇ ਵਾਸਤੇ ਸੌਰੀ ਅਪਡੇਟ ਕਰਨ ਦੇ ਵਾਸਤੇ ਉਹ ਸਾਡੇ ਦਰਮਿਆਨ ਪੁੱਜਾ ਹੋਇਆ ਜਗਦੀਪ ਸਿੰਘ ਸਰਾ ਜੋ ਅੱਜ ਦੇ ਇਸ ਕਬੱਡੀ ਕੱਪ ਨੂੰ ਅਪਡੇਟ ਕਰਨਗੇ ਤੇ 365.com ਦੁਨੀਆ ਭਰ ਦੇ ਵਿੱਚ ਲਾਈਵ ਦਿਖਾ ਰਹੀ ਹੈ ਬਹੁਤ ਬਹੁਤ ਧੰਨਵਾਦ ਦੁਨੀਆ ਭਰ ਦੇ ਜਿਹੜੇ ਸਾਡੇ ਵੀਰ ਕਬੱਡੀ ਦੇ ਪ੍ਰੇਮੀ ਜੋ 365.com ਦੇ ਜ਼ਰੀਏ ਜੁੜੇ ਹੋਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲਓ ਇਧਰਲੇ ਪਾਸੇ ਪੁਆਇੰਟ ਜਿਹੜਾ ਜੱਗਾ ਲੇਲਾ ਵਾਲਾ ਫਿਰ ਲੈ ਕੇ ਆਪਾਂ ਦੇਖਦੇ ਵੀ ਵਾਪਸ ਜਾਂਦਾ ਹੋਇਆ ਅਗਲੀ ਰੇਡ ਮੇਜਰ ਸਿੰਘ ਮੈਦਾਨ ਦੇ ਵਿੱਚ ਫਿਰ ਪਾਉਣ ਦੇ ਵਾਸਤੇ ਆਪਾਂ ਦੇਖਦੇ ਵੀ ਜਾਂਦਾ ਹੋਇਆ ਕਿਸ਼ਨਗੜ੍ਹ ਫਰਮਾਹੀ ਦੀ ਟੀਮ ਦਾ ਖਿਡਾਰੀ ਸੱਜੇ ਪੱਟ ਨੂੰ ਮਾਰੀ ਹੋਈ ਥਾਪੀ ਆਤਮ ਵਿਸ਼ਵਾਸ ਹੈ ਠੰਮਾ ਜੀਦਾਰੀ ਹੈ ਲਓ ਮੈਦਾਨ ਦੇ ਵਿੱਚ ਆਪਾਂ ਦੇਖਦੇ ਗੱਲ ਨੰਬਰ ਦੀ ਗੱਲ ਡਾਜ ਦੀ ਗੱਲ ਭਾਜ ਦੀ ਗੱਲ ਚੋਰ ਦੀ ਗੱਲ ਤਕਨੀਕ ਦੀ ਲਓ ਜੀ ਇਹ ਪੁਆਇੰਟ ਜਿਹੜਾ ਆਪਾਂ ਦੇਖਦੇ ਵੀ ਕਿਸ਼ਨਗੜ੍ਹ ਫਰਮਾਹੀ ਦੇ ਹਿੱਸੇ ਜੁੜਦਾ ਹੋਇਆ ਇੱਕ ਹੋਰ ਸ਼ਾਨਦਾਰ ਤੇ ਜਾਨਦਾਰ ਨੰਬਰ ਕਰ ਕਰ ਮਿਹਨਤਾਂ ਜੋਸੇ ਕਮਾਉਣ ਗੱਭਰੂ ਕਿਉਂਕਿ ਜੋਰ ਬਕੇਂਦਾ ਨਹੀਂ ਦੋਸਤੋ ਵਿੱਚ ਮੰਡੀ ਪੀ ਪੀ ਅੱਧ ਰਿੜ ਕੇ ਬੈਠ ਕੇ ਡੰਡ ਲਾਉਂਦੇ ਗਰਮੀ ਹਾਰਦੀ ਹੋਵੇ ਜਾਂ ਹੋਵੇ ਪੋਹ ਠੰਡੀ ਰੱਬ ਦੀ ਮਿਹਰ ਤੇ ਮਾਪਿਆਂ ਦੀ ਦੇਣ ਸਦਕਾ ਆਪਣੇ ਆਪ ਨੂੰ ਸਦਾ ਇਹ ਜਾਣ ਚੰਡੀ ਛਿਲੇ ਕਮਾਉਣ ਉਸਤਾਦਾਂ ਦੇ ਕੋਲ ਜਾ ਕੇ ਬਣਿੰਗ ਤਾਂ ਜਾ ਕੇ ਹੁੰਦੀ ਵਿੱਚ ਮੈਦਾਨਾਂ ਦੀ ਝੰਡੀ ਬਣਿੰਗ ਤਾਂ ਜਾ ਕੇ ਹੁੰਦੀ ਵਿੱਚ ਮੈਦਾਨਾਂ ਦੀ ਝੰਡੀ
मैदानां दे विच झंडियां गड्ढण वाले खिलाड़ी ने। लाओ इधरले पासे वर्तमान समय दे विच इस समय करमा इस समय किशनगढ़ फरमाही की टीम का फिर अगे बलवादा होया ते पॉइंट जिहड़ा रेडर दा किशनगढ़ फरमाही की टीम के वास्ते जुड़ता हुआ। लो जी मैच जिहड़ा समाप्त है। नाल ही मैं बेनती करदा गुलजारी साडा वीर झनीर वाला ग्राउंड दे विच आवे जां खराजी वरेटा। हाँ जी मैच समाप्त है जी किशनगढ़ फरमाही इस चलते हुए मैच की बिंदर रही है। कुलदीप सिंह जी कहते भी साढ़े 15 नंबर जिहड़े रहे ने किशनगढ़ फरमाही ते 7 नंबर रहे ने जिहड़े लेलखुर्द दे 7 नंबर रहे। अगली गल साढ़े वीर हरदीप खोखर जी माण खेड़ा की टीम बई जी ग्राउंड पुज चुकी है। समाओ सुचा सूरमा क्लब यह भी राम कटारी जी अपनी टीम लैके ग्राउंड पहुंचण। समाओ सुचा सूरमा क्लब यह टीम दो मिनट के अंदर अंदर ग्राउंड प्रवेश करे तो अपनी हाजिरी लगावे। दूजे पासे साउंड वाले वीर भाई फौजी साउंड यह भी कल तो सेवावान दे रहे हैं। बहुत वधिया सैटिंग है इन्हां दी और उम्मीद करते हैं कि मेले दौरान इस तरह ही साडा साथ देंदे रहेंगे। और दूजे पासे कबड्डी 365 लाइव टैलीकास्ट कर रहे भाई प्रदीप जी अपने स्टाफ के पुजे हुए हैं। उन्हों का भी समूह प्रबंधक कमेटी वालों इतने पहुंचण ते जी आया आखते हैं वेलकम करते हैं स्वागत करते हैं। दर्शन भाई वेट करो दो टीमों का वेट गुरथली दर्शन सिंह जी पहुंचो छेती छेती वेट करो। हरियाओ हरियाओ तो गुरथली ये भी दोनों टीमों कपड़े ला के ग्राउंड च पहुंचण। माण खेड़ी की टीम पहुंच चुकी है। समाओ सुचा सूरमा क्लब कृपा करके एक मिनट के अंदर अंदर ग्राउंड के टीम पहुंचे। समाओ सुचा सूरमा क्लब मैच शुरू करवाउन जा रहे हैं। उस तो बाद जखेपर ते न्योली कला जखेपर की टीम भी पुज चुकी है। न्योली की टीम को बेनती कि एक मिनट के अंदर ग्राउंड चो भी पुजे न्योली। समाओ की टीम को लास्ट सद्दा बई जी एक मिनट के अंदर अंदर ग्राउंड के अपनी हाजिरी लगवाने माण खेड़ी की टीम को रेड पवा के जेतू कराउ दें। हरियाऊ ते गुरथली ये भी दोनों टीमें कपड़े ला के ग्राउंड के पहुंचण। हरियाओ तो गुरथली ओपन बिना वेट वाली ओपन जहाँ एक पिंड जिन्नियां भी टीम इतने पुज चुकी मंच से जाके साडे कमेटी मैंबर भाई सुरजीत सिंह जी अपने साथियों के नाल बैठे उन्होंने भी अपनी टीम का नाम दर्ज करवा देना अपनी एंट्री फीस जमा करवा देना। ओपन दियां जिन्नियां भी एक पिंड इतने पहुंचिया हुई सारिया टीमों साडी बेनती कृपा करके वो मे साडे स्टेज कमेटी लवे जाके अपनी अपनी टीम की एंट्री फीस जमा करवा दें। ओपन दियां जिन्नियां भी टीमां इत्थे पुज चुकी हैं और माण खेड़ी की टीम ग्राउंड दे विच पहुंच चुकी है। समाओ की टीम नूं भाई जी लास्ट सद्दा। समाओ की टीम एक मिनट के अंदर अंदर ग्राउंड दे विच पहुंचे। समाओ सुचा सूरमा क्लब समाओ एक आ भाई सेवादार लंगर दे डोडे लै जिहदी जे आवाज सुणदा पहुंचे स्टेज ते चीफ गैस्टां वास्ते चाह लै के आउणी है जी। पहुंचो जी जिहड़े भी सेवादार दी स्टेज दे उत्ते चाह पानी दे ड्यूटी लगाई हुई है वो अपनी ड्यूटी सही ढंग नाल बजाया करन। जिन्हें भी सेवादार ने इधर उधर भजन की कोशिश ना करया कर जिहड़ी जिम्मेवारी लै ली वह मरते दम तक जब तक मेला अपना संपूर्ण नहीं हुंदा पूरी निभानी चाहिए है। और दोनों मोटरसाइकलों के नाल अपना करतब दिखाएंगे भाई सीरा सिंह जी पुत्थों ये भी बलौरा सिंह जी बग्गू वाली वह भी अपनी आइटम दिखाएंगे नाल सीरा सिंह जी पिथों भाई जी तुसीं भी तैयार रहो 10-15 मिनटों बाद तुहाडी भी आइटम दिखावांगे। बग्गू सिंह जी बलौर सिंह बग्गू आई ये भी काफ़ी लंबे समय तो इस ग्राउंड का शिंगार बनते आ रहे हैं। दोनों अखा तो अन्ने ने इन्होंने बाहों के नाल हाथों के नाल मोटरसाइकिल रोकना है। हाँ जी सुरजीत जी ओपन जखौली का फोन आया वो नोट कर लो ओपन जखौली एक बार नोट कर लो स्टेज पर साढ़े लवे मैसेज आया उन्होंने कहते असं पहुँच रहे हैं कुछ मिनटों में जखौली की टीम ओपन की इतने पहुँचने वाली है। काफ़ी विशेष सद्दे ते आप दर्शक वीर के सहयोग के नाल राम कटारी जी इस बारे इनवाइट करया सी काफ़ी टीमों वो तुहाडे आशीर्वाद नाल इत्थे पहुँच रही इस मेले का शिंगार बननी आ। एक मोटरसाइकिल की चाबी जे भी किसी मेरे वीर की हो गड्डी की चाबी कोई गल नहीं बई जी तुहानू जरूर सरब जी तुसीं आपदे लई रखो गुलजारी रख भी रहे चाबी इन्हां मुंडियां दी गुलजारी जी झनीर वह भी सेवावान दे रहे हैं भाई सरबजीत सिंह जी दाते बास मैं तो कमेटी यही बेनती करांगा भी इन्हों परमानेंट ही अपने लवे रखना इन्हों बार बार फोन करन दी जे सद्दा देने दी की जरूरत है क्योंकि अपने मैंबर ही बन चुके ने काफ़ी लंबे समय तो सेवावान दे रहे हैं हर साल इन्हों फोन कर मैं तो सरबजीत सिंह जी कमेटी को यही बेनती करांगा भी बई जी तुम परमानेंटली आ जा करो पैसों पिछे ना चलो पैसे देन ना देन तो अपना मेला अपने आप मिल जा करो जो कुछ मिलना
और दूजे पासे बलावर सिंह जी बग्गू वाली जिहड़े कि दोनों अखां तों इन्हां ने उह मोटरसाइकलां दा करतब इस कबड्डी ग्राउंड दे उत्ते दिखाउणगे और भाई सीरा सिंह जी पिथों इह भी हैंडीकैप्ट ने इन्हां भी मोटरसाइकल दा करतब दिखाउणा है। ये दोनों वीर भी साडे इस मेले दा काफ़ी लंबे समय तो परमानेंटली जुड़े हुए हैं, असीं इन्हां दा भी वैलकम करते हैं और दर्शक वीरां दी ये बहुत ज़्यादा दूर दूर तक मेलों तक जाने हैं, बड़ी वड्याई करते हैं भीरती ये दर्शक सानू बड़ा सहयोग देंगे ने, बड़ा आशीर्वाद देंगे ने और अज भी इस 40वें सालाना जोड़ मेले का शिंगार बने हुए हैं और दर्शक वीरां नू मैं कमेटी वालों बेनती करांगे इन्हां नू भी वध तों वध खुशियां देनियां, वध तों वध आशीर्वाद देना है ताकि 41वें सालाना जोड़ मेले के होर भी राम कटारी जी तैयारी करके आउण, क्योंकि यह भी अपने मेले का शिंगार ने। जिस तरह दर्शक वीर शिंगार ने, दूजे पासे मैन ऑफ द मैच 75 किलो वर्ग के ओपन के बेस्ट रेडर अते स्टॉपर नू बाबा इलैक्ट्रॉनिक्स वालों विशेष दिल खिच में इनाम दिते जाणगे सुखपाल टेलर ते बाबा इलैक्ट्रॉनिक्स वालों, उन्हां दा भी धन्नवाद करदे आ। कुछ मिनटां बाद मेजर सिंह जी राज हिंदुस्तानी वह भी पहुँचण वाले ने, वह भी बुलेट ते करतब दिखाणगे। दूजे पासे बलौर सिंह जी बग्गोली ताड़ियां ला दो दर्शक वीरो, पापी पेट का सवाल है कहिंदा कमा के खाणा मंग के नहीं खाणा, ये बंदे ने जिद करी हो। बलौर सिंह जी ਸਾਡੇ ਵਿਚਕਾਰ ਪਹੁੰਚੇ ਹੋਏ ਨੇ, ਉਹ ਵੀ ਦੋਨੇ ਮੋਟਰਸਾਈਕਲਾਂ ਦੇਖੋ ਕਿੱਡਾ ਵਧੀਆ ਕਰਤੱਬ ਦਿਖਾ ਰਹੇ, ਤਾੜੀਆਂ ਲਾ ਦੋ ਦੋਨੇ ਅੱਖਾਂ ਤੋਂ ਉਹਨਾਂ ਅੰਨੇ ਨੇ। ਬਲੌਰ ਸਿੰਘ ਜੀ ਫਿਰ ਵੀ ਖੂਨ ਪਸੀਨੇ ਦੀ ਖਵਾਈ ਕਮਾਈ ਖਾਣਾ ਪਸੰਦ ਕਰਦੇ ਨੇ ਕਟਾਰੀ ਜੀ, ਇਹ ਮਿਹਨਤਾਂ ਕਰ ਰਹੇ। ਚਲੋ ਜੀ ਬਸ ਬਹੁਤ ਹੈ ਜੀ, ਨਹੀਂ ਜੀ ਇਹਨਾਂ ਨੇ ਇੱਕ ਇੰਚ ਨਹੀਂ ਹੱਲਣ ਦੇਣਾ, ਇਹ ਬਲੌਰ ਸਿੰਘ ਦਾ ਸਕੰਜਾ ਹੈ, ਇਹ ਨਹੀਂ ਟੁੱਟਦਾ ਇਹ। ਵਾਹ ਜੀ ਵਾਹ, ਬਲੌਰ ਸਿੰਘ ਜੀ ਪਹੁੰਚੇ ਹੋਏ ਨੇ, ਉਹਨਾਂ ਦਾ ਵੀ ਵੈਲਕਮ ਕਰਦੇ ਹਾਂ ਸਮੂਹ ਪ੍ਰਬੰਧਕ ਕਮੇਟੀ ਵੱਲੋਂ और दर्शक वीरां नूं बेनती करदे आ इहनूं भी वध तों वध सहयोग देण। सीरा सिंह जी पिथों इह भी हैंडीकैप्ट ने, इह भी करतब दिखाउणगे। एक बार फिर मैच वल परतीए, अखी डिट्टा हाल साडे वीर सरबजीत सिंह जी, दातेबास गुलजारी चनीर, ये दोनों रल के अपने अखी डिट्टा हाल पेश करनगे। सरबजीत सिंह जी बहुत बहुत धन्नवाद जी। हरदीप सिंह जी मैं कदे पैसे नूं तरजीह नहीं दित्ती, मैं तुहाडे प्यार करके चौथा साल है मैं इस ग्राउंड के बोलदा, तो मैं इस इलाके ने बहुत बड़ा मान दिता है, मैं सारे इलाके भर दी संगतां दा बहुत बड़ा धन्नवादी हाँ, मैं सदा कार्यदार रहूँ इस क्लब का, तो सदा ऋणी रहूँगा। लो जी सुचा सिंह समाऊ नूं जन्म देने वाली धरती साडी कौम का महान सुरमा, कहिंदे वी सुचा सिंह सुरमा, तो मेरे तो खब्बे वाले पासे कर चले फेदा हम जानो तन साथियो, अब तुम्हारे हवाले है जब वतन साथियो, आप तुम्हारे हवाले है जो वतन साथी हो। सुचा सिंह समाऊ का समाऊ पिंड है जिहड़ा मेरे तो खब्बे वाले पासे है, जिस पिंड का कहिंदे भी पंजाब की सियासत दे विच नाम गूंजदा है, और दूसरे पासे जिहड़ा पिंड इस समय आप देख रहे भी मानखेड़ा कहिंदे भी यह भी जिला मानसा का सरहदी पिंड है, तो उधर बलौर सिंह ने चक्कर लाना है। मैं सारे दर्शकों को बेनती करता भी 5-5, 10-10 रुपया के नाल जरूर जिहड़ा इस वीर का भी मान तन करता है। लो गुरदीप सिंह कहिंदे भी मानखेड़े पिंड का फकर झंडे के लागे जे करके यह सरहदी पिंड है, कहिंदे भी पंजाब ते हरियाणा के बॉर्डर के उपर वसा हुआ पंजाब जिला मानसा का पिंड है। हाँ वीर जी जिन्हां दी ड्यूटी है कृपा करके प्रबंधकों के वास्ते ग्राउंड के विच चाह भेज दो। यह है कहिंदे भी 37 समाओ वाला पहली रेड के उपर पहला जफा लाउंदा होया, तो पॉइंट जिहड़ा आपां देखदे हां भी 37 समाओ के हिस्से जुड़दा होया। अगली रेड जस्सा समाओ वाला पाउण के वास्ते इस समय मैदान के आप देखते भी जाता हुआ, कहते भी जिस पिंड ने पंजाब की सियासत नुमाइंदगी की है चतन्य सिंह जी समाओ, कहते भी बरलाडा सीट तो MLA ने। लाओ इस समय आप देखते भी पैर लैके जस्सा जाता हुआ कि मैं चिट्ठी लिख रहा नलन तारा हाल सुना दे पिंड का सारा पिंड खेडे कौन कौन अच्छ खेड कबड्डी की भुलदी नहीं दौड़ भी रहा बलदा की गड्डी की, मैं चिट्ठी लिख रहा नलन तारा हाल सुना दे पिंड का सारा, यह है पंजाब की सियासत का बहुत बड़ा नाम। लाओ अगली रेड यह भी कहने भी गुरदीप सिंह है, दो गुरदीप सिंह इस समय मानखेड़ा की टीम के वास्ते खेड रहे हैं, पर फकर झंडे के बिंदी का जिक्र आता है जब इस इलाके की गल चलती है, फकर झंडे का बिंदी कहते भी पहला खिलाड़ी हुआ, कहते भी जिला मानसा का, पर उदो जिहड़ा जिला बठिंडा सीगा जिला मानसा का पहला खिलाड़ी फकर झंडे का बिंदी होया, तो दूसरा खिलाड़ी कहते भी बोड़ावाल का जादू होया, तो तीसरा खिलाड़ी जिला मानसा का हरविंदर सिंह हिंदा होया, तो उस तो बाद बहुत सारे खिलाड़ी जोड़े हुए अंतरराष्ट्रीय पद्धत कहने भी जिला मानसा के खिलाड़ी, पर आ नौजवान कहने भी डेरा रायपुर पिंड है इस नौजवान खिलाड़ी का, लव निका प्यार दे नाल कहने भी निका आखते ने, पूरा नाम जिहड़ा संदीप सिंह है, जगीर सिंह के पुत्र की पैंदी हुई रेड के उपर दूसरे पासे जाफी, इसमें मैदान के हरदीप सिंह घेरता हुआ सज्जो खब्बे
पर पॉइंट जिहड़ा संदीप सिंह दे हिस्से जुड़दा होया एक मैं वेख्या संदीप चढ़दे दिन दे पहले पहर वर्गा जिसका जाफिया ते अटैक हुंदा है बारह बोर की बंदूक के फहर वर्गा सुरखपुरिया महबद वाली खबाम दाए गभरू चढ़ते दरिया की लहर वर्गा टच करके हंध्या बल नूं आवड़ा हुंदा किसे अफसर दे शाम दी शहर वर्गा लसमा आउंदा शगनी कहिंदा भी मैनू छड्डो मैं तो हथ करदा मैं सज्जो खब्बे डकण की कोशिश करदा इस जाफी रेडर नूं लो जी पॉइंट जिहड़ा आपां देखदे हां भी इसमें शगनी समाउं दे हिस्से जुड़दा होया ये लखां जां नंबर लो अगली रेड जस्सा फिर पाउण दे वास्ते आपां देखदे भी जांदा होया एक जस्सा कहिंदे भी पड़ी पणाच पिंडदा महान कबड्डी खिलाड़ी एक जस्सा सिद्धबो दा सिद्धबा दोनों पिंडदा होया पर एक जस्सा समाउं वाला इसमें वाधा होया कबड्डी का खिलाड़ी रेड पाउण दे वास्ते हाँ जी चाह वाले वीर एक बार फिर तो बेनती भी प्रबंधकों के वास्ते ग्राउंड के चाह जी वो जरूर पुजती कर दो बहुत बहुत धन्यवाद है सारे रब वर्ग के दर्शकों का बहुत बहुत धन्यवाद सती माता जाखंदा दी की याद के बहुत बड़ा मेला हर साल लगता है मैं सारे दर्शकों को यह बेनती करता भी सती माता जी के नाँ की एक जोरदार ताड़ी मार दो मेरे पंजाबी वीरों सती माता जी के नाँ की जिन्हों की बहुत बड़ी कृपा है पर आ नौजवान कहने भी चनीर शहर का है जितों के गोल्डी वर्गे हुए खिलाड़ी यह है कहें भी जगह चनीर बड़ा इसमें भरी हुई बागल कैंची लाने की कोशिश है पीसगढ़ का समा चल रहा है यह बहुत सारे टूरनामेंट का बहस जाफी है एक पहला जगह कहें भी लेला वाला खेड है एक जगदीप सिंह जगह कहें भी कौके बनता महान कबड्डी खिलाड़ी पर यह कहें भी चनीर बड़ा कि पानी पंजा दरियावा बाला नहरी हो गया मुंडा पिंडा सी शहर जाके शहरी हो गया साढ़े वीर सतगुर होनी गोरे वर्गे जगसीर वर्गे जिन्हों के विशेष सदने पर अज कोटी के खिलाड़ी जोड़े इस ग्राउंड के खेडणगे पर वर्तमान समय के खिलाड़ी ने इस समय जंगीर सिंह का पुत्र संदीप सिंह डेरा रायपुर का पार लेके जाता हुआ समाऊ की टीम के वास्ते लखां दे नंबर का वादा करता हुआ अगले मैच के टीम जिहड़ियां लेल जखेपर की टीम ग्राउंड के पुजी हुई जखेपर न्यौली कला मेरी बेनती है न्यौली कला जिहड़ा ग्राउंड के पुजे जिथे भी है न्यौली कला हरियाऊ ते गुरथड़ी ये भी दोनों टीमां बेर मेहरबानी करके बारवां प्रहन हरियाऊ वर्सेज गुरथड़ी इस तो बाद जखेपर वर्सेज न्यौली कलां दा मैच होगा तो दोनों टीमां बारवां प्रहन गुरप्रीत सिंह जी राजन साढ़े अज के चीफ गैस साढ़े भाई सतगुर होरां दे नाल भरावां तो वध प्यार है जो बहुत थोड़े समय के दरम्यान होणगे लाओ इधले पासे जस्सा जस्सा आपां देखदे वी समाऊ वाला पड़ लै के वापस जांदा होया अगली रेड मान खेड़े पिंड का गुरदीप सिंह पौड़ के वास्ते आप देखते भी इसमें अगे वाल वाधा हुआ खिलाड़ी चार जाफियों के झनीर के चगे ने पर दूसरे पासे समाऊ का जाफी कोशिश करता हुआ सज्जो खब्बे डकण की साढ़े भाई मगलानिया हॉस्पिटल का जिहड़ा फर्स्ट एड दीआं सेवावां दित्तीआं ने जिन्होंने बहुत बहुत धन्यवाद है मगलानिया हॉस्पिटल का भी बहुत बहुत धन्यवाद है मिगलानी हॉस्पिटल बहुत बहुत धन्यवाद है जो फ्री सेवावां देते हैं हर साल बहुत बड़ा सहयोग रहा है लाओ इधरले पासे संदीप सिंह डेरा रायपुर का समाऊ की टीम के वास्ते लखां जे पॉइंट का वादा करता हुआ कि कौडी खेड के नौजवान देखो पंजाबी विरसे दी ने जान गभरू सुभा विच निमरता हिक्का विच जोर डाडा मेरे सोहणे देश पंजाब दी निशान गभरू एक एक नंबर से शिवाशे खड़दे ने अड्डी चोटी दा लाउंदे ने तान गभरू चढ़दी कला विच रहण बाबा दे शेर दुल्ले मणे रहण बणेंगे देश पंजाब दा मान गभरू मणे रहण बणेंगे देश पंजाब दा मान गभरू सारे खिलाड़ी आपो अपने पिंडा दा मान बने हुए ने कौमां दा सरमाया हुंदे ने खिलाड़ी इहने साडी कौम दा सरमाया लाओ अगली रेड जस्सा समाऊ वाला फिर पाउण दे वास्ते इसमें अगे वल वाधा होया खिलाड़ी चार जाफी मान खेड़ा दी टीम दे तैयार कौड़ लाऊ जफा गुरदीप वर्गे सुखदीप वर्गे हरदीप वर्गे तैयार ने यह है हरदीप सिंह मान खेड़ा दी टीम का खिलाड़ी डकण की असफल कोशिश करता फतेह सफलता जी वो फिर रेडर के कदम चुमती हुई साढ़े वीर गुरदीप सिंह सराह होनी जो अज के इस कबड्डी कप में दुनिया भर के अपडेट करने के वास्ते पेज जिहड़ा जिंद जान के उपर अपडेट करनगे जगदीप सिंह सराह तो 365.com का बहुत बड़ा नाम है दुनिया भर के जो अज के टूरनामेंट में दुनिया भर के लाइव दिखा रही है इन्हों का भी बहुत बहुत धन्यवाद लाइवी ने कहा भीरे मांगा दर्शक ही कहने भी शाला जरूर लाइनिया ने ग्राउंड के भीड़ बन के
ਇਹ ਜਿਮਨਾਸਟਿਕ ਕਹਿੰਦੇ ਵੀ ਜਮਾਕਾਂ ਦੀ ਖੇਡ ਹੈ ਜਿਮਨਾਸਟਿਕ ਤੇ ਜ਼ਰੂਰ ਛਾਲਾ ਲਾਉਣੀ ਅਗਲੀ ਡੇਟ ਦੇ ਉੱਪਰ ਦਰਸ਼ਕਾਂ ਦੀ ਪੁਰਜ਼ੋਰ ਮੰਗ ਹੈ ਲਓ ਅਗਲੀ ਡੇਟ ਗੁਰਦੀਪ ਸਿੰਘ ਮਾਨ ਖੇਡਾਂ ਦੀ ਟੀਮ ਦਾ ਖਿਡਾਰੀ ਪੂਰੇ ਜਾਹੋ ਜਲਾਲ ਦੇ ਨਾਲ ਇਸੇ ਵਾਧਾ ਫਰ ਰੇਡ ਪਾਉਣ ਦੇ ਵਾਸਤੇ ਖਿਡਾਰੀ ਗੱਜ ਛੌੜੀ ਛਾਤੀ ਮੈਦਾਨ ਦੇ ਵਿੱਚ ਪੈਂਦੀ ਹੋਈ ਰੇਡ ਦੇ ਉੱਪਰ ਚਾਰੋ ਜਾਫੀ ਹਲਕਾ ਹਲਕਾ ਪਿੱਛੇ ਨੂੰ ਹਟਦੇ ਜਾ ਰਹੇ ਨੇ ਜੱਗਾ ਚਰੀਰ ਦਾ ਇਸ ਸਮੇਂ ਡੱਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਸੱਜੋ ਖੱਬਿਓ ਕਿ ਮਾਂ ਧਰਤੀ ਨੀ ਤੇਰੀ ਗੋਦ ਨੂੰ ਚੰਦ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰ ਜਾਂ ਕਮੀਆਂ ਦੇ ਵਿਹੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਘੀਆਂ ਨੂੰ ਜਿੱਥੇ ਕੁੜੀਆਂ ਹੋ ਕੇ ਲੈਂਦੀਆਂ ਨੇ ਅਸਮਾਨ ਜਡੇਰੇ ਤੂੰ ਮਗਦਾ ਰਹੀ ਵੇ ਸੂਰ ਜਾਂ ਕਮੀਆਂ ਦੇ ਵਿਹੜੇ ਸਾਡੇ ਵੀਰ ਸ਼ੇਰਾ ਧਾਰਸੂਲ ਔਰ ਸਤਪਾਲ ਸਿੰਘ ਜੀ ਜੀਂਦ ਉਹਨਾਂ ਦੀ ਸਰਪ੍ਰਸਤੀ ਦੇ ਹੇਠ ਸਾਡੀ ਸਾਰੀ ਸਮੁੱਚੀ ਜਿਹੜੀ ਟੀਮ ਅੰਪਾਇਰਾਂ ਦੀ ਪੁੱਜੀ ਹੋਈ ਸ਼ੀਲਾ ਬਰਬੌਰੀ ਸੁਰਿੰਦਰ ਸਿੰਘ ਜੀ ਡੀ ਪੀ ਸਾਹਿਬ ਸ਼ੀਲਾ ਬਨਬੌਰੀ ਬਹੁਤ ਬਹੁਤ ਧੰਨਵਾਦ ਹੈ ਸੁਰਿੰਦਰ ਸਿੰਘ ਜੀ ਡੀ ਪੀ ਸ਼ਮਸ਼ੇਰ ਸਿੰਘ ਜੀ ਧਾਰਸੂਲ ਸਤਪਾਲ ਸਿੰਘ ਜੀ ਜੀਂਦ ਬਹੁਤ ਵੱਡਾ ਧੰਨਵਾਦ ਹੈ ਲਓ ਜੀ ਮੈਚ ਸਮਾਪਤ ਹੈ ਜੀ ਸਮਾਓ ਦੀ ਟੀਮ ਜੇਤੂ ਰਹੀ ਚੱਲਦੇ ਹੋਏ ਮੈਚ ਦੇ ਵਿੱਚ ਅਗਲੀ ਗੱਲ ਸਾਡੇ ਵੀਰ ਗੁਲਜ਼ਾਰੀ ਝਨੀਰ ਕੁਲਦੀਪ ਸਿੰਘ ਜੀ ਸਾਡੇ 15 ਨੰਬਰ ਰਹੇ ਨੇ ਜੀ ਜਿਹੜੇ ਉਹ ਸਮਾਓ ਦੇ ਮਾਨ ਖੇਡਾਂ ਦੇ ਨੰਬਰ ਰਹੇ ਨੇ ਉਹ 5 ਚੱਲਦੇ ਹੋਏ ਮੈਚ ਦੀ ਵਿਨਰ ਰਹੀ ਹੈ ਜਿਹੜੀ ਟੀਮ ਉਹ ਸਮਾਉਣ ਰਹੀ ਹੈ ਜਖੇਪਰ ਤੇ ਨਿਉਲੀ ਕਲਾਂ ਦੱਸੋ ਜੀ ਨਿਉਲੀ ਕਲਾਂ ਦਾ ਹੁਣ ਕੀ ਕੀਤਾ ਜਾਵੇ ਧੰਨਵਾਦ ਜੀ ਆ ਓਪਨ ਦੀ ਟੀਮਾਂ ਦਿਓ ਸੱਦਾ ਜੀ 5 ਮਿੰਟ ਹੈ ਜੀ ਕਹਿ ਦਿਓ ਹਾਂਜੀ ਓਪਨ ਦੀਆਂ ਟੀਮਾਂ ਦੇ ਵਾਸਤੇ ਵੀ ਬੇਨਤੀ ਹੈ ਵੀ ਦਾਖਲਾ ਜਿਹੜਾ ਉਹਨਾਂ ਦਾ ਖੁੱਲ ਚੁੱਕਾ ਕਿਰਪਾ ਕਰਕੇ ਓਪਨ ਦੀਆਂ ਟੀਮਾਂ ਜਿਹੜੀਆਂ ਪੁੱਜੀਆਂ ਹੋਈਆਂ ਨੇ ਉਹ ਆਪਣੀ ਐਂਟਰੀ ਫੀਸ ਜਮ੍ਹਾਂ ਕਰਵਾ ਦੇਣ ਹੁਣ ਹਰਦੀਪ ਸਿੰਘ ਜੀ ਜਰਾ ਇਹ ਦੱਸੋ ਵੀ ਨਿਉਲੀ ਕਲਾਂ ਦਾ ਕੀ ਕਰੀਏ ਜੀ ਇਹ ਲਿਸਟ ਦੇ ਵਿੱਚ ਇਹਨਾਂ ਦਾ ਮੈਚ ਸੀਗਾ ਉਹ 6ਵਾਂ ਸੀ 6ਵਾਂ ਮੈਚ ਉਸ ਤੋਂ ਬਾਅਦ ਤਾਂ ਆਪਾਂ 4 ਮੈਚ ਹੋਰ ਕਰਵਾਤੇ ਜੀ ਹਰਿਆਊ ਅਤੇ ਗੁਰਥੜੀ ਇਹ ਵੀ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਹਰਿਆਊ ਵਰਸਿਜ ਗੁਰਥੜੀ ਇੱਕ ਪਾਸੇ ਕਹਿੰਦੇ ਵੀ ਜ਼ਿਲ੍ਹਾ ਸੰਗਰੂਰ ਦਾ ਜਖੇਪਰ ਜਿਸ ਤਰ੍ਹਾਂ ਕਹਿੰਦੇ ਵੀ ਦਬਾਬੇ ਦੇ ਵਿੱਚ ਸੁਰਖਪੁਰ ਪਿੰਡ ਨੂੰ ਕਬੱਡੀ ਦੀ ਨਰਸਰੀ ਆਖਿਆ ਜਾਂਦਾ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਹਿੰਦੇ ਵੀ ਦਿੜਬਾਲ ਜ਼ਿਲ੍ਹਾ ਮਾਨਸਾ ਦੇ ਵਿੱਚ ਫੱਕਰ ਚੰਡਾ ਅਤੇ ਜ਼ਿਲ੍ਹਾ ਸੰਗਰੂਰ ਦੇ ਵਿੱਚ ਕਹਿੰਦੇ ਵੀ ਦਿੜਬੇ ਤੋਂ ਬਾਅਦ ਜੇ ਕਬੱਡੀ ਦੀ ਨਰਸਰੀ ਆਖਿਆ ਜਾਂਦਾ ਉਹ ਜਖੇਪਰ ਪਿੰਡ ਜਿੱਥੋਂ ਦੇ ਬੰਤੇ ਵਰਗੇ ਜਿੱਥੋਂ ਦੇ ਜੰਟੇ ਵਰਗੇ ਜਿੱਥੋਂ ਦੇ ਦੇਵ ਵਰਗੇ ਜਿੱਥੋਂ ਦੇ ਰਾਜ ਵਰਗੇ ਜਿੱਥੋਂ ਦੇ ਸੁਰਿੰਦਰ ਵਰਗੇ ਜਿੱਥੋਂ ਦੇ ਕਹਿੰਦੇ ਪੰਮੀ ਬਾਈ ਹੋਇਆ ਇੱਕ ਪਿੰਡ ਜ਼ਿਲ੍ਹਾ ਸੰਗਰੂਰ ਦਾ ਜਖੇਪਰ ਔਰ ਮੈਂ ਬੇਨਤੀ ਕਰਦਾ ਨਿਉਲੀ ਕਲਾਂ ਦੋਨੋਂ ਟੀਮਾਂ ਗਰਾਊਂਡ ਦੇ ਵਿੱਚ ਪੁੱਜਣ ਠੀਕ ਹੈ ਜੀ ਕਹਿੰਦੇ ਵੀ ਨਿਉਲੀ ਕਲਾਂ ਦੀ ਟੀਮ ਦੇ ਵਾਸਤੇ ਆਖਰੀ 5 ਮਿੰਟ ਦਿੱਤੇ ਕਹਿੰਦੇ ਜੀ ਨਿਉਲੀ ਕਲਾਂ ਦੀ ਟੀਮ ਨੇ ਉਸ ਤੋਂ ਬਾਅਦ ਸਕਰੈਚ ਹੋਣੀ ਹੈ ਨਿਉਲੀ ਕਲਾਂ ਦੀ ਟੀਮ ਜਿੱਥੋਂ ਦਾ ਕਹਿੰਦੇ ਵੀ ਪੂਰਨ ਪਹਿਲਵਾਨ ਹੋਇਆ ਜਿਸ ਖਿਡਾਰੀ ਦਾ ਕਹਿੰਦੇ ਵੀ 7.5 ਮਣ ਵਜਨ ਦੱਸਿਆ ਗਿਆ 1938 ਦਾ ਕਹਿੰਦੇ ਵੀ ਰੁਸਤਮ ਹਿੰਦਲਾਨਾ ਗਿਆ ਜਿਸ ਖਿਡਾਰੀ ਨੂੰ ਅਤੇ 1942 ਦਾ ਜਿਹੜਾ ਸ਼ਕਤੀਮਾਨ ਦਾ ਕਿਤਾਬ ਜਿਹੜਾ ਉਹ ਕਹਿੰਦੇ ਵੀ ਜਖੇਪਰ ਦੇ ਪੂਰਨ ਸਿੰਘ ਪਹਿਲਵਾਨ ਨੂੰ ਮਿਲਿਆ ਅਤੇ ਅਗਲੀ ਗੱਲ ਸਾਡੇ ਵੀਰ ਗੁਲਜ਼ਾਰੀ ਝਨੀਰ ਹੈਲੋ ਨਿਉਲੀ ਕਲਾਂ ਦਾ ਮੈਚ ਜਖੇਪਲ ਦੀ ਟੀਮ ਨਾਲ ਨਿਉਲੀ ਦਾ ਮੈਚ ਜਿਹੜਾ ਉਹ ਜਖੇਪਲ ਦੀ ਟੀਮ ਦੇ ਨਾਲ ਆ ਜੀ ਨਿਉਲੀ ਕਲਾਂ ਤੇ ਜਖੇਪਲ ਅਗਲਾ ਮੈਚ ਹਰਿਆਊ ਤੇ ਗੁਰਥੜੀ ਦੀਆਂ ਟੀਮਾਂ ਤਿਆਰੀ ਫੜ ਲੈਣ ਕਬੱਡੀ 75 ਕਿਲੋ ਭਾਰ ਦੀਆਂ ਟੀਮਾਂ ਦੇ ਮੈਚ ਹੋਣੇ ਆ ਸਰਬਜੀਤ ਦਾਤੇਵਾ ਸਾਡਾ ਵੀਰ ਇਸ ਵੀਰ ਦਾ ਵੀ ਗਹਿ ਗੜਮਾ ਧੰਨਵਾਦ ਹੈ ਲੈ ਇੱਧਰ ਮੈਦਾਨ ਦੇ ਵਿੱਚ ਆਪਾਂ ਦੇਖਦੇ ਵੀ ਮੁਕਾਬਲੇ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਲਓ ਜੀ ਹਰਿਆਣੇ ਦੀ ਜੋ ਟੀਮ ਹੈ ਮੇਰੇ ਵੀਰੇ ਨਿਉਲੀ ਕਲਾਂ ਇਹ ਆਪਾਂ ਵੇਖਦੇ ਹਾਂ ਵੀ ਖੇਤਾਂ ਵਾਲੇ ਪਾਸੇ ਹੈ ਅਤੇ ਦੂਸਰੇ ਪਾਸੇ ਜਖੇਪਲ ਪਿੰਡ ਮੇਰੇ ਵੀਰੇ ਜ਼ਿਲ੍ਹਾ ਸੰਗਰੂਰ ਦਾ ਕਹਿੰਦੇ ਵੱਡਾ ਪਿੰਡ ਹੈ ਸੁਨਾਮ ਦੀ ਬੋਕਲ ਦੇ ਵਿੱਚ ਵਸਿਆ ਵੱਡਾ ਸ਼ਹਿਰ ਜਿਹਦੇ ਵਿੱਚ ਕਹਿੰਦੇ ਛੋਟੀਆਂ ਛੋਟੀਆਂ ਪੱਤੀਆਂ ਮੇਰੇ ਵੀਰੇ ਵੰਡੀਆਂ
लो इधर मैदान जखेपल पिंड आप वेखते हैं भी मैच हुण जा रहा है। करवाओ जी मैच शुरू दोनों टीम का। न्योली कलां का मैच जो मेरे भीर जखेपल की टीम के नाल होना है। हेलो भाई ओपन दी एंट्रियां शुरू ने जी ओपन एल दी कर दियो अनाउंसमेंट। लो इधर मैदान दे विच मेरे वीरो मैच की जो शुरुआत होने जा रही है। कबड्डी 75 किलो भार का मेरे वीरो मैच जिहड़ा खेड मैदान दे विच इस वेले शुरू हो चुके है। एक पासे हरियाणे का पिंड है न्योली कलां ते दूसरे पासे आपां वेखदे हां भी पिंड मेरे वीरो यह जखेपल पिंड है जिला संगरूर का। लो जखेपल वाले की पहली कबड्डी मेरे वीरो इस वेले मैदान के पै चुकी है। उधर न्योली वाला खेड मैदान इस वेले कहते मूहरे हो गए घेरदा है टक्कर हो गई है मेरे वीरो पर पॉइंट इस वेले देख रहे भी सफलता धावी के कदम चुनती है। पॉइंट इस वेले धावी का है पॉइंट इस वेले धावी दे से है ते नाल ही अगले मैच दीम हरियाऊ ते गुरथड़ी ये टीम जल्दी आ जान हरियाऊ वर्सज गुरथड़ी। ला इधर मैदान के मेरे वीर हरियाणे वाले की कबड्डी के पॉइंट इस वेले धावीद है। उधर कहते गुरप्रीत सिंह जी राजन मेरे वीर साड़ी कहते भी स्टेज के उत्ते कुछ मिनटों के पुजन वाले है उन्हों का भी कहते निघा स्वागत किया जाना गह घट मैं धन्यवाद है। अगले मैच दीम हरियाऊ ते गुरथड़ी ये टीम तैयारी फड़ के खेड मैदान के आ जा हरियाऊ ते गुरथड़ी दीआं टीमां दा मैच होना है। इधर कहिंदे जखेपल वाला मेरे वीरो लो पई हुई कबड्डी खेड मैदान दे विच ते पॉइंट जिहड़ा इस वेले धावी दे हिस्से है। जिथों का पूर्ण मल जिथों का पम्मी बाई मेरे वीरो गल कहिंदे पंजाबी सभ्याचार दी है कि मेरा दिल नहीं जाण नूं करदा रंगली दुनिया तो यह पम्मी बाई की गल हुंदी है भावें पूर्ण मल की गल है पूरी दुनिया च प्रसिद्ध कीता है। लो पई हुई कबड्डी चौहां जिहड़ा दा सैट है खेड मैदान दे विच मेरे वीरो जखेपल वाला है पर इधर लग्या हुआ टच ते पॉइंट इस वेले मेरे वीरो धावी दे हिस्से है पॉइंट जिहड़ा इस वेले धावी दा है। चल वे जखेपल वालिया पा कबड्डी नौजवान नाल ही हरियाऊ ते गुरथड़ी ये टीमां तैयारी खिंच के